ਟੀਵੀਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਜਿਹੜੀਆਂ ਖਬਰਾਂ ਨੂੰ ਆਧਾਰ ਬਣਾ ਕੇ ਤੁਹਾਡੇ ਨਾਲ ਮੈਂ ਗੱਲਬਾਤ ਕਰਨੀ ਹੈ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕਰਾਂ। ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਫਿਰ ਧਮਕੀ ਭਰੇ ਬੋਲੇ ਬੋਲ। ਨਵਦੀਪ ਬੈਂਸ ਦੇ ਅਸਤੀਫੇ ਤੋਂ ਬਾਅਦ ਟਰੂਡੋ ਨੇ ਕੀਤਾ ਆਪਣੀ ਕੈਬਨਿਟ ਵਿੱਚ ਫਿਰ ਬਦਲ। ਗੁਰਦੁਆਰਾ ਨਨਕਾਣਾ ਸਾਹਿਬ ਦੀ ਭੰਨ ਤੋੜ ਦੇ ਮਾਮਲੇ ਵਿੱਚ 3 ਵਿਅਕਤੀ ਨੂੰ ਸਜ਼ਾ। ਮੱਧ ਪ੍ਰਦੇਸ਼ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਹਿਰ, 10 ਮੌਤਾਂ। ਸੁਪਰੀਮ ਕੋਰਟ ਨੇ ਬਣਾਈ ਕਿਸਾਨੀ ਸੰਘਰਸ਼ ਦਾ ਹੱਲ ਕਰਨ ਲਈ 4 ਮੈਂਬਰੀ ਕਮੇਟੀ। ਕਿਸਾਨ ਸੰਘਰਸ਼ ਜਾਰੀ ਰਹੇਗਾ, ਸੁਪਰੀਮ ਕੋਰਟ ਦਾ ਫੈਸਲਾ ਨਹੀਂ ਮਨਜ਼ੂਰ, ਕਿਸਾਨ ਆਗੂਆਂ ਦਾ ਕਹਿਣਾ। ਖੱਟੜ ਅਤੇ ਦੁਸ਼ਯੰਤ ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ। ਕਾਨੂੰਨਾਂ 'ਤੇ ਸਟੇਅ ਤੋਂ ਬਾਅਦ ਕੈਪਟਨ ਨੇ ਸੱਦੀ ਕੈਬਨਿਟ ਮੀਟਿੰਗ। ਕਿਸਾਨ ਏਕਤਾ ਮੋਰਚਾ ਨੇ ਦਿੱਤਾ ਨਵਾਂ ਨਾਰਾ, ਮੌਤ ਨਹੀਂ ਜਿੱਤ ਚੁਣੋ। ਅਤੇ 4 ਹੋਰ ਕਿਸਾਨ ਇਸ ਸੰਘਰਸ਼ ਦੀ ਚੜ੍ਹੇ ਭੇਂਟ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਮੈਂ ਗੱਲਬਾਤ ਕਰਨੀ ਚਾਹੁੰਦਾ। ਇਹਦੇ ਤੋਂ ਪਹਿਲਾਂ ਕਿ ਵਿਸਥਾਰ ਸਹਿਤ ਗੱਲਬਾਤ ਕਰਾਂ, ਇਹਨਾਂ ਖਬਰਾਂ ਦੇ ਉੱਤੇ ਗੱਲਬਾਤ ਕਰਾਂ, ਜੇਕਰ ਤੁਸੀਂ ਹਾਲੇ ਤੱਕ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲਿਓ। ਅਤੇ ਆਓ ਹੁਣ ਖਬਰਾਂ ਵੱਲ ਰੁੱਖ ਕਰੀਏ। ਰਾਸ਼ਟਰਪਤੀ ਟਰੰਪ, ਤੁਹਾਨੂੰ ਪਤਾ ਹੈ ਕਿ ਜਿੱਦੀ ਸੁਭਾਅ ਦੇ ਮਾਲਕ ਹੈ। ਬੀਤੇ ਵਰ੍ਹੇ ਨਵੰਬਰ ਮਹੀਨੇ, ਨਵੰਬਰ ਦੀ 3 ਤਰੀਕ ਸੀ ਜਦੋਂ ਚੋਣਾਂ ਹੋਈਆਂ। ਚੋਣਾਂ ਦੇ ਵਿੱਚ ਹਾਰ ਨਾ ਕਬੂਲੀ, ਨਾ ਬਾਈਡਨ ਦੀ ਜਿੱਤ ਮੰਨੀ। ਕਈ ਸੂਬਿਆਂ ਦੀਆਂ ਅਦਾਲਤਾਂ ਦੇ ਦਰਵਾਜ਼ੇ ਖੜਕਾਏ ਪਰ ਪੱਲੇ ਖੈਰ ਨਹੀਂ ਪਈ। ਵਾਰ ਵਾਰ ਆਖਦੇ ਰਹੇ ਕਿ ਮੈਂ ਆਖਰੀ ਦਮ ਤੱਕ ਲੜਾਈ ਜਾਰੀ ਰੱਖਾਂਗਾ। ਪਰ ਹੁਣ ਬੀਤੇ ਦਿਨੀ ਜਦੋਂ 6 ਜਨਵਰੀ ਨੂੰ ਰਾਸ਼ਟਰਪਤੀ ਜਿਹੜੇ ਚੁਣੇ ਗਏ ਨੇ ਜੋ ਬਾਈਡਨ, ਉਹਨਾਂ ਦੀ ਜਿੱਤ ਦੇ ਉੱਤੇ ਮੋਹਰ ਲੱਗਣੀ ਸੀ, ਉਸ ਦਿਨ ਕੈਪੀਟਲ ਹਿੱਲ ਦੇ ਵਿੱਚ ਹਿੰਸਾ ਹੋਈ ਸੀ। ਉਸ ਨੂੰ ਲੈ ਕੇ ਲਗਾਤਾਰ ਟਰੰਪ ਪ੍ਰਸ਼ਾਸਨ, ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੇ ਸਹਿਯੋਗੀ ਨਿਸ਼ਾਨੇ 'ਤੇ ਨੇ। ਅਸਲ ਦੇ ਵਿੱਚ ਰਾਸ਼ਟਰਪਤੀ ਟਰੰਪ ਦਾ ਕਾਰਜਕਾਲ 20 ਜਨਵਰੀ 2021 ਨੂੰ ਸਮਾਪਤ ਹੋਣਾ ਹੈ। ਪਰ 20 ਜਨਵਰੀ ਦਾ ਵੀ ਹੁਣ ਅਮਰੀਕਾ ਵਾਲੇ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ। ਉਹਦੇ ਤੋਂ ਪਹਿਲਾਂ ਉਹਨਾਂ ਨੂੰ ਇੰਪੀਚਮੈਂਟ ਦੇ ਜ਼ਰੀਏ ਮਹਾਂਦੋਸ਼ ਲਾ ਕੇ ਬਾਹਰ ਦਾ ਰਸਤਾ ਦਿਖਾਉਣਾ ਚਾਹੁੰਦੇ ਨੇ। ਡੈਮੋਕ੍ਰੇਟ ਸੰਸਦ ਪ੍ਰਸਤਾਵ ਇਹ ਪੇਸ਼ ਕਰਨ ਵਾਲੇ ਹੈ। ਇਸੇ ਵਿਚਕਾਰ ਰਾਸ਼ਟਰਪਤੀ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਖਿਲਾਫ਼ ਜੇਕਰ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਤਾਂ ਇਹ ਬਹੁਤ ਖਤਰਨਾਕ ਹੋ ਸਕਦਾ, ਲੋਕਾਂ ਦੇ ਵਿੱਚ ਗੁੱਸਾ ਭੜਕ ਸਕਦਾ ਹੈ। ਇੱਥੇ ਦੱਸਣਾ ਬਣਦਾ ਕਿ ਰਾਸ਼ਟਰਪਤੀ ਟਰੰਪ ਨੇ ਅੱਜ ਸਵੇਰੇ ਵਾਈਟ ਹਾਊਸ 'ਚ ਪੱਤਰਕਾਰਾਂ ਨੂੰ ਆਖਿਆ ਕਿ ਮਹਾਂਦੋਸ਼ ਦੀ ਪ੍ਰਕਿਰਿਆ ਲੋਕਾਂ ਵਿੱਚ ਜ਼ਬਰਦਸਤ ਗੁੱਸਾ ਪੈਦਾ ਕਰ ਰਹੀ ਹੈ ਅਤੇ ਇਸ ਨੂੰ ਫਿਰ ਵੀ ਕੀਤਾ ਜਾ ਰਿਹਾ ਹੈ, ਇਹ ਖਤਰਨਾਕ ਹੈ ਜੋ ਉਹ ਕਰ ਰਹੇ ਨੇ। ਰਾਸ਼ਟਰਪਤੀ ਨੇ ਕਿਹਾ ਕਿ ਨੈਨਸੀ ਪੈਲੋਸੀ ਅਤੇ ਚੱਕ ਸ਼ੂਮਰ ਦਾ ਇਹ ਅੱਗੇ ਵਧਣਾ ਮੈਨੂੰ ਲੱਗਦਾ ਕਿ ਸਾਡੇ ਮੁਲਕ ਅਮਰੀਕਾ ਲਈ ਖਤਰਾ ਪੈਦਾ ਹੋਏਗਾ ਅਤੇ ਇਸ ਨਾਲ ਗੁੱਸਾ ਪੈਦਾ ਹੋ ਰਿਹਾ, ਪਰ ਮੈਂ ਕੋਈ ਹਿੰਸਾ ਨਹੀਂ ਚਾਹੁੰਦਾ। ਹਾਲਾਂਕਿ ਟਰੰਪ ਨੇ ਕੈਪੀਟਲ ਦੇ ਵਿੱਚ ਹੋਈ ਹਿੰਸਾ ਦੀ ਨਿੰਦਿਆ ਕੀਤੀ, ਕਿਹਾ ਅਸੀਂ ਹਿੰਸਾ ਨਹੀਂ ਚਾਹੁੰਦੇ, ਕਦੇ ਨਹੀਂ ਚਾਹੁੰਦੇ, ਬਿਲਕੁਲ ਨਹੀਂ ਚਾਹੁੰਦੇ। ਹੁਣ ਤੁਹਾਨੂੰ ਮੈਂ ਯਾਦ ਕਰਵਾ ਦਿਆਂ ਕਿ ਜੇ ਰਾਸ਼ਟਰਪਤੀ ਟਰੰਪ ਆਹ ਬਿਆਨ ਜਿਹੜਾ ਹੁਣ ਦੁਬਾਰਾ ਕੋਟ ਕਰ ਰਹੇ ਨੇ ਇਹ ਕਦੋਂ ਦਿੱਤਾ ਸੀ। ਅਸਲ ਦੇ ਵਿੱਚ ਰਾਸ਼ਟਰਪਤੀ ਟਰੰਪ ਇਹ ਕਹਿੰਦੇ ਰਹੇ ਕਿ 6 ਜਨਵਰੀ ਨੂੰ ਜਦੋਂ ਬਾਈਡਨ ਦੀ ਜਿੱਤ 'ਤੇ ਮੋਹਰ ਲਾਉਣ ਦੀ ਪ੍ਰਕਿਰਿਆ ਚੱਲੇਗੀ, ਮੇਰੇ ਸਮਰਥਕ ਵੱਡੀ ਗਿਣਤੀ ਵਿੱਚ ਉੱਥੇ ਵਿਰੋਧ ਕਰਨ ਵਾਸਤੇ ਪਹੁੰਚਣਗੇ ਅਤੇ ਉਹ ਸੁਨੇਹੇ ਦਿੰਦੇ ਰਹੇ। ਬਾਅਦ ਦੇ ਵਿੱਚ ਜਦੋਂ ਵੇਖਿਆ ਕਿ ਕੰਮ ਜ਼ਿਆਦਾ ਉਲਝ ਗਿਆ, ਉਹਦੇ ਤੋਂ ਬਾਅਦ ਜਿਹੜੇ ਸਿਆਸੀ ਸਲਾਹਕਾਰ ਨੇ ਉਹਨਾਂ ਨੂੰ ਕਿਹਾ ਕਿ ਟਰੰਪ ਸਾਹਿਬ, ਤੁਹਾਡੇ ਉੱਤੇ ਜਿੰਮਾ ਆ ਗਿਆ, ਆ ਮੁਆਫ਼ੀ ਭਰੀ ਵੀਡੀਓ ਤੁਹਾਨੂੰ ਪਾਉਣੀ ਪਏਗੀ। ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਦੁਆਰਾ ਭੜਕਾਹਟ ਨੂੰ ਲੈ ਕੇ ਟਵਿੱਟਰ ਨੇ ਉਹਨਾਂ ਦਾ ਸਦਾ ਦੇ ਵਾਸਤੇ ਮੁਕੰਮਲ ਖਾਤਾ ਬੰਦ ਕਰ ਦਿੱਤਾ ਗਿਆ ਸੀ। ਅਤੇ ਹੁਣ ਇਸ ਚੀਜ਼ ਦੇ ਉੱਤੇ ਵੀ ਉਹਨਾਂ ਨੇ ਗੱਲ ਆਖੀ ਹੈ। ਉਹ ਕਹਿੰਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਉਹਨਾਂ ਨੂੰ ਹਟਾਉਣਾ ਵੀ ਗੁੱਸੇ ਦਾ ਕਾਰਨ ਬਣ ਰਿਹਾ ਅਤੇ ਚੋਣ ਹਾਰਨ ਅਤੇ ਦੂਸਰੀ ਮਹਾਂਦੋਸ਼ ਪ੍ਰਕਿਰਿਆ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਲਗਾਤਾਰ ਅਮਰੀਕਾ ਦੇ ਵਿੱਚੋਂ ਜ਼ਬਰਦਸਤ ਸਮਰਥਨ ਜਾਂ ਹਮਾਇਤ ਮਿਲ ਰਹੀ ਹੈ। ਪਰ ਕੁਝ ਵੀ ਹੋਵੇ, ਤੁਸੀਂ ਦੇਖੋ ਕਿ ਅਮਰੀਕਾ ਦੇ ਸੰਸਦ ਮੈਂਬਰ ਇਹ ਮਹਿਸੂਸ ਕਰ ਰਹੇ ਹੈ ਕਿ ਆਹ 12 ਤਰੀਕ ਤੋਂ ਲੈ ਕੇ ਸਿਰਫ 8 ਦਿਨ ਰਹਿੰਦੇ ਨੇ, ਲਗਭਗ 1 ਹਫ਼ਤੇ ਦਾ ਸਮਾਂ ਵੀ ਉਹ ਰਾਸ਼ਟਰਪਤੀ ਟਰੰਪ ਨੂੰ ਹੋਰ ਬਰਦਾਸ਼ਤ ਨਹੀਂ ਕਰਨਾ ਚਾਹੁੰਦੇ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਜਾਂਦੇ ਜਾਂਦੇ ਕਿ ਕਿਤੇ ਵੱਡਾ ਇਹ ਫੈਸਲਾ ਨਾ ਲੈ ਜਾਵੇ ਜਿਸ ਦੇ ਕਾਰਨ ਅਮਰੀਕਾ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ। ਦੂਸਰਾ, ਉਹ ਇੱਕ ਰੀਤ ਸੈੱਟ ਕਰਨਾ ਚਾਹੁੰਦੇ ਹੈ ਕਿ ਕੱਲ੍ਹ ਨੂੰ ਜੇਕਰ ਕੋਈ ਹੋਰ ਰਾਸ਼ਟਰਪਤੀ ਇੰਝ ਚੋਣ ਹਾਰਿਆ, ਉਹ ਆਪਣੇ ਸਮਰਥਕਾਂ ਨੂੰ ਕੈਪੀਟਲ ਹਿੱਲ ਦੇ ਵਿੱਚ ਹਮਲਾ ਕਰਨ ਵਾਸਤੇ ਭੇਜ ਦੇਵੇਗਾ,
ਕੰਨ ਕਰਨ ਦੇ ਵਾਸਤੇ ਉਹ ਇਹ ਫੈਸਲਾ ਲੈਣ ਜਾ ਰਹੇ ਨੇ। ਇੱਥੇ ਦੱਸਣਾ ਬਣਦਾ ਕਿ ਜੇਕਰ ਇੰਪੀਚ ਕਰ ਦਿੱਤੇ ਗਏ ਜਾਂ ਇੰਪੀਚ ਨਾ ਵੀ ਹੋਏ, ਜੇਕਰ ਦੂਸਰੀ ਵਾਰ ਇਹ ਮਤਾ ਪਾਸ ਪੇਸ਼ ਵੀ ਹੋ ਗਿਆ ਤਾਂ ਵੀ ਅਮਰੀਕੀ ਇਤਿਹਾਸ ਦੇ ਵਿੱਚ ਰਾਸ਼ਟਰਪਤੀ ਟਰੰਪ ਪਹਿਲੇ ਇਸ ਤਰ੍ਹਾਂ ਦੇ ਰਾਸ਼ਟਰਪਤੀ ਬਣ ਜਾਣਗੇ ਜਿਨ੍ਹਾਂ ਦੇ ਖਿਲਾਫ ਦੋ ਵਾਰ ਮਹਾਂਦੋਸ਼ ਦਾ ਪ੍ਰਸਤਾਵ ਪੇਸ਼ ਹੋਇਆ। ਸੋ ਅਗਲੀ ਖਬਰ ਕੈਨੇਡਾ ਦੇ ਨਾਲ ਸੰਬੰਧਿਤ ਖਬਰ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਵੀ ਆਪਣੀ ਕੈਬਨਿਟ ਦੇ ਵਿੱਚ ਫੇਰਬਦਲ ਕੀਤਾ, ਕੁਝ ਤਬਦੀਲੀਆਂ ਕੀਤੀਆਂ ਨੇ। ਇਹਨਾਂ ਤਬਦੀਲੀਆਂ ਨੂੰ ਕਰਨ ਦਾ ਕਾਰਨ ਇਹ ਹੈ ਕਿ ਬੀਤੇ ਦਿਨੀ ਪੰਜਾਬੀ ਮੂਲ ਦੇ ਨਵਦੀਪ ਸਿੰਘ ਬੈਂਸ, ਜਿਹੜੇ ਸੀਨੀਅਰ ਮੰਤਰੀ ਵੀ ਸਨ ਅਤੇ ਜਸਟਿਨ ਟਰੂਡੋ ਦੇ ਬਹੁਤ ਨੇੜਲੇ ਮਿੱਤਰਾਂ ਵਿੱਚੋਂ ਇੱਕ ਸਨ, ਉਹਨਾਂ ਨੇ ਅਸਤੀਫੇ ਦਾ ਐਲਾਨ ਕੀਤਾ ਸੀ ਅਤੇ ਉਹਦੇ ਤੋਂ ਬਾਅਦ ਇਹ ਫੇਰਬਦਲ ਕਰਨਾ ਪਿਆ। ਜਾਣਕਾਰੀ ਹੈ ਕਿ ਫਰੈਂਸੁਆ ਫਿਲਿਪ ਸ਼ੰਪੇਨ ਨੂੰ ਸਾਇੰਸ, ਇਨੋਵੇਸ਼ਨ ਐਂਡ ਇੰਡਸਟਰੀ ਦਾ ਨਵਾਂ ਮਿਨਿਸਟਰ ਲਾ ਦਿੱਤਾ ਗਿਆ। ਸ਼ੰਪੇਨ ਗਲੋਬਲ ਅਫੇਅਰਸ ਦਾ ਅਹੁਦਾ ਛੱਡ ਕੇ ਹੁਣ ਨਵਦੀਪ ਬੈਂਸ ਦੀ ਥਾਂ 'ਤੇ ਨਿਯੁਕਤ ਹੋ ਗਏ ਹੈ। ਨਵਦੀਪ ਬੈਂਸ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਆਪਣਾ ਮੰਤਰੀ ਪਦ ਵੀ ਛੱਡ ਰਹੇ ਅਤੇ ਅਗਲੀਆਂ ਚੋਣਾਂ ਵੀ ਨਹੀਂ ਲੜਨਗੇ। ਆਪਣੇ ਵੀਡੀਓ ਸੁਨੇਹੇ ਵਿੱਚ ਨਵਦੀਪ ਬੈਂਸ ਨੇ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਨਾਲ ਹੁਣ ਵਧੇਰੇ ਸਮਾਂ ਬਿਤਾਉਣਾ ਚਾਹੁੰਦੇ ਹੈ, ਜਿਸ ਦੇ ਕਾਰਨ ਜਸਟਿਨ ਟਰੂਡੋ ਹੋਰਾਂ ਨੂੰ ਆਪਣੀ ਕੈਬਨਿਟ ਵਿੱਚ ਇਹ ਨਵੀਆਂ ਤਬਦੀਲੀਆਂ ਕਰਨੀਆਂ ਪਈਆਂ ਨੇ। ਤਬਦੀਲੀਆਂ ਦੇ ਅਧੀਨ ਮਾਰਕ ਗਾਰਨੋ ਟਰਾਂਸਪੋਰਟ ਮਿਨਿਸਟਰ ਦਾ ਅਹੁਦਾ ਛੱਡ ਸ਼ੰਪੇਨ ਦੀ ਜਗ੍ਹਾ ਫੋਰਨ ਅਫੇਅਰਸ ਮਿਨਿਸਟਰ ਵਜੋਂ ਜ਼ਿੰਮੇਵਾਰੀਆਂ ਨਿਭਾਇਆ ਕਰਨਗੇ। ਟਰਾਂਟੋ ਇਲਾਕੇ ਦੇ ਮੈਂਬਰ ਪਾਰਲੀਮੈਂਟ ਉਮਾਰ ਹਲਗਾਬਰਾ ਨੂੰ ਨਵਾਂ ਟਰਾਂਸਪੋਰਟ ਮਿਨਿਸਟਰ ਲਾ ਦਿੱਤਾ ਹੈ। ਟਰਾਂਸਪੋਰਟ ਮਿਨਿਸਟਰ ਉਹ ਹੁਣ ਹੋਣਗੇ ਅਤੇ ਕੈਂਸਰ ਕਾਰਨ ਕੁਝ ਸਮਾਂ ਦੂਰ ਰਹਿਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਜਿਮ ਕਾਰ ਕੈਬਨਿਟ ਦੇ ਵਿੱਚ ਦੁਬਾਰਾ ਵਾਪਸੀ ਕਰ ਗਏ ਹੈ ਅਤੇ ਉਹਨਾਂ ਨੂੰ ਪ੍ਰੇਰੀਜ਼ ਵਾਸਤੇ ਇੱਕ ਵਿਸ਼ੇਸ਼ ਨੁਮਾਇੰਦੇ ਵਜੋਂ ਨਿਯੁਕਤ ਕਰ ਦਿੱਤਾ ਗਿਆ। ਅਤੇ ਇਹ ਵੀ ਪਹਿਲਾ ਮੌਕਾ ਸੀ ਕੈਨੇਡਾ ਦੇ ਵਿੱਚ ਜਦੋਂ ਇਹ ਸਹੁੰ ਚੁੱਕ ਸਮਾਗਮ ਵਰਚੁਅਲ ਕੀਤਾ ਗਿਆ। ਇੱਕ ਵਾਰੀ ਮੈਂ ਫੇਰ ਦੱਸ ਦਿਆਂ ਕਿ ਨਵਦੀਪ ਬੈਂਸ ਦਾ ਇਸ ਕੈਬਨਿਟ ਦੇ ਵਿੱਚੋਂ ਬਾਹਰ ਨਿਕਲਣਾ ਹੋ ਸਕਦਾ ਕਿ ਕੰਮ ਕਾਰਨ ਇਹਦੇ ਕੋਈ ਹੋਰ ਵੀ ਹੋਣ, ਕਿਉਂਕਿ ਨਵਦੀਪ ਬੈਂਸ ਜਸਟਿਨ ਟਰੂਡੋ ਦੇ ਸਭ ਤੋਂ ਨੇੜਲੇ ਸਾਥੀਆਂ ਵਿੱਚੋਂ ਇੱਕ ਨੇ। ਜਦੋਂ ਉਹਨਾਂ ਨੂੰ ਲਿਬਰਲ ਪਾਰਟੀ ਆਫ ਕੈਨੇਡਾ ਦੀ ਪ੍ਰਧਾਨਗੀ ਵਾਸਤੇ ਲੀਡਰਸ਼ਿਪ ਵਾਸਤੇ ਰਨ ਕਰਨਾ ਪਿਆ ਸੀ, ਉਸ ਵਕਤ ਵੀ ਨਵਦੀਪ ਬੈਂਸ ਨੇ ਸਭ ਤੋਂ ਵੱਧ ਸਾਥ ਦਿੱਤਾ ਸੀ। ਨਵਦੀਪ ਬੈਂਸ ਉਹਨਾਂ ਇੱਕ ਦੋ ਬੰਦਿਆਂ ਵਿੱਚੋਂ ਸੀ ਜਾਂ ਹਨ ਜਿਨ੍ਹਾਂ ਦੇ ਨਾਲ ਜਸਟਿਨ ਟਰੂਡੋ ਸਾਰਾ ਸਲਾਹ ਮਸ਼ਵਰਾ ਕਰਕੇ ਅਤੇ ਫਿਰ ਰੂਪ ਰੇਖਾ ਤਿਆਰ ਕਰਦੇ ਸੀ। ਪਰ ਸ਼ਾਇਦ ਉਹ ਹਵਾਲਾ ਤਾਂ ਦੇ ਰਹੇ ਨੇ ਕਿ ਮੈਂ ਪਰਿਵਾਰ ਦੇ ਨਾਲ ਹੋਰ ਸਮਾਂ ਬਿਤਾਉਣਾ ਚਾਹੁੰਦਾ, ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਨ ਕੋਈ ਹੋਰ ਵੀ ਸਾਹਮਣੇ ਆਉਣ। ਪਰ ਇਹ ਟਰੂਡੋ ਨੂੰ ਅਤੇ ਲਿਬਰਲਸ ਨੂੰ ਬਹੁਤ ਵੱਡਾ ਝਟਕਾ ਕਿ ਇੰਨੇ ਸੀਨੀਅਰ ਮਿਨਿਸਟਰ ਅਤੇ ਜਸਟਿਨ ਟਰੂਡੋ ਦੇ ਬਿਲਕੁਲ ਸੱਜੀ ਖੱਬੀ ਬਾਂਹ ਸਮਝਣ ਵਾਲੇ ਨਵਦੀਪ ਬੈਂਸ ਦਾ ਮੰਤਰਾਲੇ ਦੇ ਵਿੱਚੋਂ ਬਾਹਰ ਜਾਣਾ, ਕੈਬਨਿਟ ਵਿੱਚੋਂ ਬਾਹਰ ਜਾਣਾ ਅਤੇ ਦੂਸਰਾ ਇਹ ਐਲਾਨ ਕਰਨਾ ਕਿ ਮੈਂ ਅਗਲੀ ਚੋਣ ਵੀ ਨਹੀਂ ਲੜਾਂਗਾ, ਕਿਉਂਕਿ ਸਿਰਫ 2 ਕੁ ਦਿਨ ਪਹਿਲਾਂ ਹੀ ਹਾਲੇ ਜਸਟਿਨ ਟਰੂਡੋ ਹੋਰਾਂ ਨੇ ਐਲਾਨ ਕੀਤਾ ਸੀ ਕਿ ਕੈਨੇਡਾ ਦੇ ਵਿੱਚ ਸਮੇਂ ਤੋਂ ਪਹਿਲਾਂ ਭਾਵ ਮੱਧਕਾਲੀ ਚੋਣਾਂ ਇਸ ਹੀ ਸਾਲ ਵਿੱਚ ਹੋ ਸਕਦੀਆਂ ਨੇ। ਉਹਨਾਂ ਇਹ ਵੀ ਕਿਹਾ ਸੀ ਕਿ ਪਾਰਟੀ ਇਹਨਾਂ ਚੋਣਾਂ ਦੀਆਂ ਤਿਆਰੀਆਂ ਵੀ ਕਰ ਰਹੀ ਹੈ। ਇੱਕ ਪਾਸੇ ਚੋਣਾਂ ਦੀ ਤਿਆਰੀ ਦਾ ਐਲਾਨ, ਇੱਕ ਪਾਸੇ ਚੋਣਾਂ ਦੀਆਂ ਸੰਭਾਵਨਾਵਾਂ ਅਤੇ ਦੂਸਰੇ ਪਾਸੇ ਨਵਦੀਪ ਬੈਂਸ ਵਰਗੇ ਮਿਨਿਸਟਰ ਦਾ ਮੰਤਰਾਲਾ ਛੱਡਣਾ, ਕੈਬਨਿਟ ਛੱਡਣੀ ਅਤੇ ਅਗਲੀ ਚੋਣ ਨਾ ਲੜਨ ਦਾ ਐਲਾਨ ਕਈ ਸ਼ੰਕੇ ਪੈਦਾ ਕਰਦਾ ਹੈ। ਅਗਲੀ ਖਬਰ ਪਾਕਿਸਤਾਨ ਵਾਲੇ ਪਾਸੋਂ ਮਿਲੀ ਹੈ। ਜਾਣਕਾਰੀ ਮਿਲ ਰਹੀ ਹੈ ਕਿ ਪਾਕਿਸਤਾਨ ਦੀ ਇੱਕ ਅੱਤਵਾਦ ਰੋਕੂ ਅਦਾਲਤ ਨੇ 3 ਵਿਅਕਤੀ ਨੂੰ ਸਜ਼ਾ ਸੁਣਾਈ ਹੈ। ਸਜ਼ਾ ਸੁਣਾਉਣ ਦਾ ਕਾਰਨ ਹੈ ਗੁਰਦੁਆਰਾ ਨਨਕਾਣਾ ਸਾਹਿਬ ਦੀ ਭੰਨ ਤੋੜ ਕਰਨਾ। ਇਹਨਾਂ 3 ਦੋਸ਼ੀਆਂ ਨੂੰ ਇਸੇ ਕਰਕੇ ਸਜ਼ਾ ਸੁਣਾਈ ਗਈ ਹੈ। ਬੀਤੇ ਵਰੇ ਗੁਰਦੁਆਰਾ ਸਾਹਿਬ ਦੇ ਵਿੱਚ ਜਨਵਰੀ ਮਹੀਨੇ ਭੰਨ ਤੋੜ ਕੀਤੀ ਗਈ ਸੀ, ਭੀੜ ਵੱਲੋਂ ਪਥਰਾ ਕੀਤਾ ਗਿਆ ਸੀ। ਉਸ ਤੋਂ ਬਾਅਦ ਭਾਵੇਂ ਪੁਲਿਸ ਨੇ ਹਾਲਾਤ 'ਤੇ ਕਾਬੂ ਪਾ ਲਿਆ ਸੀ। ਅਦਾਲਤ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਇਮਰਾਨ ਚਿਸ਼ਤੀ ਨੂੰ 2 ਸਾਲ ਦੀ ਸਜ਼ਾ ਅਤੇ 10,000 ਪਾਕਿਸਤਾਨੀ ਰੁਪਏ ਜੁਰਮਾਨਾ, ਇਸ ਤੋਂ ਇਲਾਵਾ 2 ਹੋਰ ਦੋਸ਼ੀ ਮੁਹੰਮਦ ਸਲਮਾਨ ਅਤੇ ਮੁਹੰਮਦ ਅਹਿਮਦ ਨੂੰ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਸਬੂਤਾਂ ਦੀ ਘਾਟ ਦੇ ਕਾਰਨ 4 ਵਿਅਕਤੀ ਬਰੀ ਵੀ ਕੀਤੇ ਹੈ। ਮੈਂ ਪਹਿਲਾਂ ਵੀ ਕਹਿਣਾ ਹੁੰਦਾ, ਇੱਕ ਦਿਨ ਪਾਕਿਸਤਾਨ ਦੇ ਵਿੱਚੋਂ ਖਬਰ ਮਿਲੀ ਸੀ ਕਿ ਇੱਕ ਮੰਦਰ ਢਾਹ ਦਿੱਤਾ ਗਿਆ, ਅੱਗ ਲਾ ਦਿੱਤੀ ਗਈ ਹੈ। ਮੰਦਰ ਹੋਵੇ, ਮਸਜਿਦ ਹੋਵੇ, ਗੁਰਦੁਆਰਾ ਹੋਵੇ, ਗਿਰਜਾਘਰ ਹੋਵੇ, ਕੁਛ ਵੀ ਹੋਵੇ, ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਹਮਲਾ ਕਰਨਾ ਕੋਈ ਚੰਗੀ ਗੱਲ ਨਹੀਂ, ਕਿਉਂਕਿ ਧਾਰਮਿਕ ਸਹਿਣਸ਼ੀਲਤਾ ਦਾ ਹੋਣਾ ਬੜਾ ਲਾਜ਼ਮੀ ਹੈ। ਜਿਹੜੇ ਲੋਕ ਦੂਸਰਿਆਂ ਦੇ ਧਰਮਾਂ ਦਾ ਸਤਿਕਾਰ ਨਹੀਂ ਕਰਦੇ, ਦਰਅਸਲ ਇਹ ਮੰਨ ਕੇ ਚੱਲੋ ਕੋਈ ਉਹ ਆਪਣੇ ਧਰਮ ਦਾ ਸਤਿਕਾਰ ਵੀ ਨਹੀਂ ਕਰਦੇ। ਦੁਨੀਆ ਦਾ ਕੋਈ ਧਰਮ ਨਹੀਂ ਸਿਖਾਉਂਦਾ ਕਿ ਲੜ ਲੜ ਕੇ ਮਰੀਏ, ਧਰਮਾਂ ਦੇ ਖਾਤਰ ਮਰੀਏ,
हाँ अपने धर्म के परिपक् रहो, दूसरों के धर्म के लत्तां ना फसाओ। तो अगली खबर भारत के सूबे मध्य प्रदेश के विचों है, खबर मंदभागी है। जानकारी मिली है कि मध्य प्रदेश के मुरैना जिले के लोगों ने शराब पीती, शराब जहरीली निकली, जिस कारण 10 लोगों की हुण तक मौत हो गई है, 5 लोगों की हालत गंभीर भी दसी जा रही है। घटना जिहड़ी इलाके 2 दे विच फैली से सनसनी भी फैली हुई है। तो सूचना मिलने तो बाद पुलिस मौके पर पहुंची है, तो कुछ बीमार लोगों हस्पतालों के भर्ती भी करवाया, उत्थे मृतकों दीआं लाशां पोस्टमार्टम लई भेजा भी गया। पुलिस ने दस्सिया कि सुमावली थाने का पिंड है पहवाली, पहवाली दे विच 3 अते बागचीनी इलाके दे मानपुर पिंड विच 7 लोगों की हुण तक मौत हो गई है, 5 की हालत गंभीर बनी हुई है, तो वह हस्पताल विच जेरे इलाज ने। जानकारी मिली सी कि सोमवार सवेरे पहला बागचीनी नेड़ले पिंड मानपुर च जहरीली शराब पीण नाल एक व्यक्ति की हालत विगड़ी, जिस तो बाद परिवार वाले उस नूं गंभीर हालत विच ग्वालियर लई जा रहे सी कि रस्ते विच उसने दम तोड़ दिता। व्यक्ति की लाश नूं लैके जदों परिवार वाले पिंड पुजे तां पता लग्या कि उहनां दे परिवार दा जी होई नहीं, पिंड दे कई होर लोग जिन्हां ने शराब पीती सी उहनां दी भी सेहत विगड़ी हुई है। इस तों कुछ देर बाद 6 होर लोगों की उस ही पिंड विच मौत होई, जिस तों बाद पुलिस पिंड विच पहुंची ते बीमार लोगों नूं मुरैना जिला हस्पताल विच भर्ती करवाया, जिथे 3 होर लोगों की इलाज दौरान मौत हो गई। मुरैना जिला हस्पताल के डॉक्टर ने दस्या कि सारे लोगों की मौत जहरीली शराब पीण कारण हुई है, कुछ लोगों की सेहत इस वक्त चिंताजनक स्थिति में है। पुलिस जांच कर रही है कि शराब कितों खरीदी गई सी, शराब नजायज़ तौर पर कढ़ी गई सी। सो वेखते हैं कि आने वाले दिनों के मामला किधर नूं जांदा है। तुहानूं याद करवा दें कि पंजाब दे विच भी बीते वरे इंज होया सी, कई मौतां होईयां सन, तो बहुत सारे लोग उन्हां विच दोषी पाए जाण दा हुण सामना कर रहे हैं, उन्हां ते दोष लगे हुए हैं, तो अदालती कार्रवाई का वह सामना कर रहे हैं। अगली खबर हुण किसान संघर्ष की है। कल तुहाडे नाल खबर सांझी कीती सी, सुप्रीम कोर्ट ने कहा कि फैसला राखवा रख लिया, तो 12 जनवरी नूं फैसला सुणावांगे। फैसला सुनाया, फैसले तों निकलिया कि छिकू कुछ भी नहीं। सुप्रीम कोर्ट ने भारत के मंगलवार वाले दिन खेती कानूनों नूं लागू होने ते रोक ला दिती, भाव स्टे ला दिती है, होल्ड ते पा दिती है। इस दे नाल ही पंजाब की नहीं सगों भारत की सब तो वड्डी अदालत सर्व उच्च अदालत सुप्रीम कोर्ट ने 4 मैंबरी एक कमेटी का भी गठन किया है। सुप्रीम कोर्ट ने जिहड़ी कमेटी बनाई है उहदे विच भुपिंदर सिंह मान BKU के प्रधान ने, भारतीय किसान यूनियन के, डॉक्टर प्रबोध कुमार जोशी ये अंतरराष्ट्रीय खाद नीति खोज संस्था तो ने, अशोक गुलाटी जिहड़े खेतीबाड़ी अंतरराष्ट्र अर्थशास्त्री ने, अनिल घनवत ये शिवकेरी संगठन महाराष्ट्र के नाल संबंधित ने। सुप्रीम कोर्ट ने आख्या कि जदों तक कमेटी की रिपोर्ट नहीं आती उदों तक खेती कानूनों के उत्ते स्टे जारी रहेगी। हुण भुपिंदर सिंह मान ने जिहड़े ये भारतीय किसान यूनियन के प्रधान ने, साबका राज्यसभा मैंबर ने, किसान संघर्षों के योगदान को ध्यान रखते हुए 1990 के राष्ट्रपति वालों भुपिंदर सिंह मान को राज्यसभा का मैंबर चुन लिया गया सी। इत्थे ये दसना बनता है कि भुपिंदर सिंह मान एक वक्री ऑल इंडिया किसान कोआर्डीनेशन कमेटी के चेयरमैन ने, तो आ गल ज़्यादा जरूरी है कि जिहड़े बीते दसंबर महीने के खेती मंत्री तोमर नूं मिले अते मिलके इन्हां ने इन्हां कानूनां की हमायत की सी। जिन्हां ने इन्हां कानूनां की हमायत की, देखो कि सुप्रीम कोर्ट ने उस व्यक्ति नूं इस कमेटी का एक मैंबर बनाया। अगले ने प्रमोद कुमार जोशी जिहड़े अंतरराष्ट्रीय खाद नीति खोज संस्था के ने। हुण प्रमोद जोशी मशहूर खेती माहर दसे जा रहे हैं, तो हाल ही उन्होंने ट्वीट करके कहा सी कि सानू MSP भाव घट्टो घट्ट समर्थन मुल तो परे नवी मुल नीति ते विचार करन दी जरूरत है, भाव ओ इना कानूनां दी हामी भर रहे है। अशोक गुलाटी, सुप्रीम कोर्ट ने खेतीबाड़ी अर्थशास्त्री अशोक गुलाटी नूं भी कमेटी का मैंबर नियुक्त किया। गुलाटी 1991 तो 2001 तक प्रधानमंत्री के आर्थिक सलाहकार कौंसल के मैंबर रहे हैं। अशोक गुलाटी खुले तौर पर कारपोरेट पक्षी अर्थशास्त्री है, जिसने खेती कानूनों वड्डे खेती सुधारों वजों पेश करने वास्ते पूरा टिल लाया, वड्डे वड्डे हिंदू वर्गे अखबारों के वड्डे वड्डे लेख लिखे कि ये खेती सुधार कानून चंगे ने,
प्रमोद जोशी जो हुण अंग्रेजी के वड्डे अखबारों के विच वड्डे लेख लिख के इन्हां कानूनां दे हक विच भुगतदे आ अते किसानां ते दोष लाउंदे सी कि उह हमेशा आपणियां मंगां ही बदलदे रहिंदे आ। हुण प्रमुख सवाल यह है कि जद कमेटी विच नियुक्त कीते गए सारे कारपोरेट दे जां सरकार पक्षी ने तां जथेबंदियां नाल गल क्यों करन, क्योंकि सुप्रीम कोर्ट ने कहा कि कमेटी नाल गल करनी पऊगी जिन्हों भी इस अंदोलन का हल चाहिए। हुण कानूनी माहिरां दे अनुसार कमेटी बनाउण दे विच कुदरती न्याय दे सिधांत की उलंघना की गई है। किसानां दे हमायती वर्गां दे विच इह प्रभाव है कि सुप्रीम कोर्ट का यह फैसला किसानां दे हक विच होण दी बजाय केंद्र सरकार दे हक विच ज़्यादा कर दिता गया है। पर कल अदालत ने प्रभाव देण दी कोशिश की सी कि सुप्रीम कोर्ट नूं झाड़ां पाईआं गईआं, सुप्रीम कोर्ट ने सरकार नूं झाड़ां पाईआं ने, पर कल झाड़ दिता तो अज पड़ोस लिया। तुसीं देखो कि जिहड़े बंदे इस वक्त इस कमेटी का हिस्सा बनाए ने वो किते ना किते सरकार का पक्ष पूरते रहे ने, इन्हां कानूनां दे हमायती रहे ने। अनिल घनवट वह भी इस कमेटी के शामिल ने। अनिल घनवट कानूनों नूं रद्द करन दा विरोध करते हुए इन्हां विच कुछ सीमित सोधा करवाउण दे हमायती है, भाव उसकी पोजीशन इन बिन केंद्र सरकार वाली है। अनिल होरां दी उन्हां दा स्टैंड भी अज तक कारपोरेट पक्षी रहा है। हुण कोई तो सोधा का समर्थन कर रहा है जिन्हों किसान बिल्कुल नहीं मन रहे, सरकार भी सोधा कर रही है, इहदा मतलब यह भी किसान पक्षी नहीं सरकार पक्षी ने। हुण तक वह चार बंदियां नूं इस कमेटी के पाया गया है जिहड़े जां तां कारपोरेट जगत का पक्ष पूरदे रहे है जां सरकार का पक्ष पूरदे रहे है। सो हुण फिर आस इस कमेटी तो की जा सकती है। जदों हुण इस कमेटी का गठन कर दिता गया तो फिर किसान आगू भी सिर जोड़ के बैठे। खेती कानूनों ते रोक लाउण दा जिहड़ा ये फैसला सुप्रीम कोर्ट ने लिया है, उहदे तों बाद किसान जथेबंदियों के आगूआं ने भारत में मंगलवार की शाम को एक प्रैस कॉन्फ्रेंस बुलाई। सिंघू बॉर्डर से संयुक्त किसान मोर्चा की इस प्रैस कॉन्फ्रेंस में बोलदिआं किसान आगू डॉक्टर दर्शनपाल ने कहा कि अजे तक सानू अदालत का कोई फैसला लिखती रूप में नहीं मिलिया। उन्हें कहा कि कल रात असी काफ़ी महत्वपूर्ण प्रैस नोट जारी किया जिस दे विच असी कहा कि जेकर सुप्रीम कोर्ट कोई कमेटी बनाउंदा तो सानू मंजूर नहीं होवेगी। वो कहिंदी अज सुप्रीम कोर्ट ने आ चार मैंबरी कमेटी बना दिती है तो असी इस कमेटी नूं मनदे ही नहीं, एक कमेटी विच कौन ने मैं तुहानूं हुणी दस के हटिया। इस कमेटी च सारे लोग सरकार दे लोग ने, कहिंदे डॉक्टर दर्शनपाल ने कहा कि सुप्रीम कोर्ट ने चार मैंबरी कमेटी बनाई है, इस विच भुपिंदर सिंह मान, डॉक्टर प्रमोद कुमार जोशी, अशोक गुलाटी अते अनिल घनवत ने, ते जिन्हां दी लगभग जो कुछ वो लिखते रहे ने जो कुछ ट्वीट करते रहे ने वो लगभग इन्हां कानूनां दे हक विच है, कारपोरेट दे हक विच है, जां सरकार दे हक विच वड्डे वड्डे लेख लिख लिख के वो किसानां नूं कोसदे रहे है। हुण किसान जथेबंदियां दे आगूआं ने कहा कि यह अंदोलन अणमिथे समें लई जारी रहेगा, साडा ये अंदोलन खत्म नहीं होएगा, सगों हुण असी इस अंदोलन पूरे मुल्क विच लैके जावांगे। सुप्रीम कोर्ट के जरिए सरकार अपनी नीति नूं लागू करवाना चाहती है। किसान आगू ने साफ कर दिता कि 26 जनवरी नूं भी प्रदर्शन करांगे पर शांतिपूर्ण करांगे, किसी तरह की कोई हिंसा नहीं होएगी। संसद घेरन दीआं अफवाहां बिल्कुल फैलाईआं जा रही ने, पर कहिंदे ये झूठ है, असी कोई संसद नहीं घेरना, हिंसा नूं बिल्कुल भी असी बर्दाश्त नहीं करांगे। तो लोहड़ी वाले दिन कहिंदे पर कल नूं लोहड़ी है, लोहड़ी वाले दिन तिने कानूनों नूं साड़ के असी लोहड़ी मनावांगे। तो किसान आगू बलबीर सिंह राजेवाल ने कहा सुप्रीम कोर्ट ने कहिंदे जिहड़ा फैसला किया है जिस बारे सानू मीडिया जरिए पता लगे है, उन्हें कहा कि अदालत ने कमेटी बनाई है, असी कमेटी के हक विच नहीं, मैंबर भावें कोई भी होवे, इस तां असी कल ही विरोध कर दिता सी कि असी अजिही कमेटी के सामने पेश होवांगे नहीं। कमेटी का मतलब मुद्दे नूं ठंडे वस्ते विच पाउणा है, असी किसी कमेटी की ना मंग कीती सी अते ना असी कमेटी के सामने पेश होना ते ना असी सरकार दे किसी जाल विच फसना चाहुंदे हां। जोगिंदर सिंह उगराहां होरां ने भी, रुड़दू सिंह होरां ने भी, बोग सिंह होरां ने भी, हर एक किसान आगू ने इस कमेटी का विरोध किया अते इस संघर्ष नूं राकेश टकैत होरां ने भी आख्या कि लंबा समा चलावांगे पर अपनियां मंगां तों पिछे नहीं हटांगे। हुण जदों सुप्रीम कोर्ट का यह फैसला आ गया, फैसले तो तुरंत बाद हरियाणा के मुख्यमंत्री मनोहर लाल खट्टर,
ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਕਿਸਾਨ ਸੰਘਰਸ਼ ਦੇ ਮੱਦੇਨਜ਼ਰ ਪਤਾ ਲੱਗਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਸੁਪਰੀਮ ਕੋਰਟ ਵੱਲੋਂ ਕੇਂਦਰੀ ਖੇਤੀ ਕਾਨੂੰਨ ਤੇ ਸਟੇ ਲਗਾਉਣ ਦੇ ਕੁਝ ਸਮੇਂ ਬਾਅਦ ਹੀ ਕਰ ਲਈ ਗਈ। ਇਸ ਮੌਕੇ ਭਾਜਪਾ ਤੇ JJP ਦੇ ਸੂਬਾ ਪ੍ਰਧਾਨ ਵੀ ਮੌਜੂਦ ਰਹੇ। ਮੀਟਿੰਗ ਤੋਂ ਬਾਅਦ ਖੱਟੜ ਨੇ ਕਿਹਾ ਕਿ ਹਰਿਆਣਾ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ, ਆਹ ਪਹਿਲੀ ਵਾਰੀ ਮੰਨਿਆ, ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਐਤਵਾਰ ਨੂੰ ਜੋ ਕੁਝ ਖੱਟੜ ਨੇ ਜਿੱਥੇ ਪਹੁੰਚਣਾ ਸੀ ਉੱਥੇ ਹੋਇਆ। ਚਲੋ, ਖੱਟੜ ਇਹ ਮੰਨਣ ਲੱਗ ਪਿਆ ਕਿ ਹਰਿਆਣੇ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ। ਪਹਿਲਾਂ ਅੱਜ ਤੱਕ ਸਾਰੀਆਂ ਸਟੇਟਮੈਂਟਾਂ ਕੱਢ ਕੇ ਵੇਖ ਲਓ, ਉਹ ਇਹੀ ਕਹਿੰਦੇ ਸੀ ਕਿ ਹਰਿਆਣੇ ਵਿੱਚ ਅੰਦੋਲਨ ਨਹੀਂ। ਉਹ ਕਹਿੰਦੇ ਹਰਿਆਣੇ ਵਿੱਚ ਅੰਦੋਲਨ ਚੱਲ ਰਿਹਾ ਇਸ ਕਰਕੇ ਹਰਿਆਣੇ ਦੀ ਸੁਰੱਖਿਆ ਅਤੇ ਕਾਨੂੰਨ ਪ੍ਰਬੰਧਾਂ ਸੰਬੰਧੀ ਅੱਜ ਅਸੀਂ ਗ੍ਰਹਿ ਮੰਤਰੀ ਨਾਲ ਮੀਟਿੰਗ ਕੀਤੀ ਹੈ। ਉਹਨਾਂ ਕਿਹਾ ਕਿ ਅਦਾਲਤ ਦੇ ਕਮੇਟੀ ਬਣਾਉਣ ਨਾਲ ਇਹ ਮਾਮਲਾ ਹੁਣ ਜਲਦ ਹੱਲ ਹੋ ਜਾਏਗਾ। ਦੂਸਰੇ ਪਾਸੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਉਹਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਉਹਨਾਂ ਦੀ ਸਰਕਾਰ ਨੂੰ ਕੋਈ ਖਤਰਾ ਨਹੀਂ ਅਤੇ ਉਹਨਾਂ ਦੀ ਸਰਕਾਰ 5 ਸਾਲ ਦਾ ਪੂਰਾ ਕਾਰਜਕਾਲ ਕਰੇਗੀ। ਪਰ ਦੱਸ ਦਈਏ ਕਿ ਦੁਸ਼ਯੰਤ ਚੌਟਾਲਾ ਇੱਕ ਵਾਰੀ ਆਪਣੇ MLA ਨੂੰ ਪੁੱਛ ਲਵੇ, ਉਹਨਾਂ ਵਿੱਚੋਂ 6 ਨੇ, 10 'ਚੋਂ 6 ਨੇ ਜਿਹੜੇ ਇਸ ਵਕਤ ਕਿਸਾਨੀ ਸੰਘਰਸ਼ ਦੀ ਹਮਾਇਤ ਕਰ ਰਹੇ ਨੇ। ਹੁਣ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਉਹ ਨਾਲ ਅੜੇ ਰਹਿੰਦੇ ਆ, ਡਟੇ ਰਹਿੰਦੇ ਆ, ਜਾਂ ਫਿਰ ਉਹ ਦੁਸ਼ਯੰਤ ਚੌਟਾਲਾ ਤੋਂ ਕਿਨਾਰਾ ਕਰਦੇ ਆ। ਅਤੇ ਇੱਧਰ ਪੰਜਾਬ ਵਾਲੇ ਪਾਸਿਓਂ ਵੀ ਖਬਰ ਆ ਗਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਵੱਲੋਂ ਖੇਤੀ ਕਾਨੂੰਨਾਂ 'ਤੇ ਜਿਹੜੀ ਰੋਕ ਲਾਈ ਗਈ ਹੈ, ਸਟੇ ਹੈ, ਉਹ ਹੁਕਮਾਂ ਦੀ ਘੋਖ ਪੜਤਾਲ ਕਰਨ। ਕੈਪਟਨ ਨੇ ਕਿਹਾ ਕਿ ਇਸ ਸੰਬੰਧ ਵਿੱਚ ਕੈਬਨਿਟ ਮੰਤਰੀਆਂ ਦੀ ਮੀਟਿੰਗ ਵੀਰਵਾਰ ਨੂੰ ਮੈਂ ਸੱਦ ਲਈ ਹੈ ਅਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਕਿ ਐਡਵੋਕੇਟ ਜਨਰਲ ਅਤੁਲ ਨੰਦਾ ਖੇਤੀ ਕਾਨੂੰਨਾਂ 'ਤੇ ਸਟੇ ਦੇ ਹੁਕਮਾਂ ਨੂੰ ਵਿਸਥਾਰ ਸਹਿਤ ਦੇਖਣਗੇ। ਇਸ ਵਿਚਲੇ ਜਿਹੜੇ ਪੱਖ ਨੇ ਉਹ ਪੰਜਾਬ ਸਰਕਾਰ ਨੂੰ ਉਹਨਾਂ ਤੋਂ ਜਾਣੂ ਕਰਵਾਉਣਗੇ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕੇਂਦਰ ਦੇ ਖੇਤੀ ਕਾਨੂੰਨਾਂ 'ਤੇ ਰੋਕ ਲਾਉਂਦਿਆਂ ਮਾਮਲੇ ਦੇ ਹੱਲ ਲਈ ਜਿਹੜੀ 4 ਮੈਂਬਰੀ ਕਮੇਟੀ ਬਣਾਈ ਹੈ ਉਹਦੇ ਮੁਤਾਲਕ ਸਲਾਹ ਮਸ਼ਵਰਾ ਇਸ ਕੈਬਨਿਟ ਮੀਟਿੰਗ ਵਿੱਚ ਕੀਤਾ ਜਾਏਗਾ। ਅਗਲੀ ਖਬਰ ਹੈ ਜਿਹੜੀ, ਤੁਹਾਨੂੰ ਪਤਾ ਹੈ ਕਿ ਕਈ ਮੌਤਾਂ ਹੋ ਗਈਆਂ ਅਤੇ ਕਈ ਖੁਦਕੁਸ਼ੀਆਂ ਹੋ ਗਈਆਂ। ਦਿੱਲੀ ਦੀ ਸਰਹੱਦ 'ਤੇ ਧਰਨਾ ਚੱਲ ਰਿਹਾ, ਕਿਸਾਨ ਡਟੇ ਹੋਏ ਨੇ, 48 ਦਿਨ ਲੰਘ ਚੁੱਕੇ ਹੈ। ਇਸ ਕਿਸਾਨ ਅੰਦੋਲਨ ਦੇ ਵਿੱਚ ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਦਿਨ ਹੋਵੇ ਜਦੋਂ ਕੋਈ ਇਸ ਤਰ੍ਹਾਂ ਦੀ ਅਣਹੋਣੀ ਨਹੀਂ ਵਾਪਰਦੀ। ਕੁਝ ਇੱਕ ਕਿਸਾਨਾਂ ਨੂੰ ਨਮੂਨੀਆ ਹੋਇਆ, ਠੰਡ ਲੱਗੀ ਤਾਂ ਉਹ ਮੌਤ ਦੇ ਮੂੰਹ ਵਿੱਚ ਗਏ। ਕਈਆਂ ਨੂੰ ਦਿਲ ਦਾ ਦੌਰਾ ਪਿਆ, ਕੁਝ ਸੜਕ ਹਾਦਸਿਆਂ ਨੇ ਕੀਮਤੀ ਜਾਨਾਂ ਲਈਆਂ ਨੇ ਅਤੇ ਕੁਝ ਕਿਸਾਨਾਂ ਨੇ ਇੱਥੇ ਖੁਦਕੁਸ਼ੀਆਂ ਵੀ ਕੀਤੀਆਂ ਨੇ। ਇਸੇ ਕਰਕੇ ਇਸੇ ਹੀ ਦਰਮਿਆਨ ਅੱਜ ਕਿਸਾਨ ਏਕਤਾ ਮੋਰਚਾ ਦੇ ਵੱਲੋਂ ਕਿਸਾਨਾਂ ਨੂੰ ਇੱਕ ਨਵਾਂ ਨਾਰਾ ਦਿੱਤਾ ਗਿਆ। ਨਾਰਾ ਹੈ ਕਿ ਮੌਤ ਨਹੀਂ ਜਿੱਤ ਚੁਣੋ। ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਕਿਸਾਨ ਏਕਤਾ ਮੋਰਚਾ ਨੇ ਲਿਖਿਆ ਕਿ ਕਿਸਾਨ ਭਰਾਵੋ, ਅਸੀਂ ਜਿੱਤ ਦੇ ਰਸਤੇ 'ਤੇ ਚੱਲ ਰਹੇ ਹਾਂ। ਇਸ ਜਿੱਤ ਲਈ ਤੁਹਾਡੀਆਂ ਜਾਨਾਂ ਬਹੁਤ ਕੀਮਤੀ ਨੇ, ਆਪਣੀਆਂ ਜਾਨਾਂ ਨਾ ਗਵਾਓ। ਦੱਸਣਾ ਬਣਦਾ ਕਿ ਬੀਤੀ 8 ਜਨਵਰੀ ਨੂੰ ਕੇਂਦਰ ਸਰਕਾਰ ਨਾਲ ਹੋਈ ਬੈਠਕ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਿੱਤਾਂਗੇ ਜਾਂ ਮਰਾਂਗੇ ਲਿਖ ਕੇ ਤਖਤੀਆਂ ਸਰਕਾਰ ਦੇ ਸਨਮੁੱਖ ਪੇਸ਼ ਕੀਤੀਆਂ ਗਈਆਂ ਸਨ। ਉਸੇ ਦਿਨ ਤੋਂ ਸੋਸ਼ਲ ਮੀਡੀਆ 'ਤੇ ਨਾਰੇ, ਵੱਖੋ ਵੱਖ ਪ੍ਰਤੀਕਿਰਿਆਵਾਂ ਇਸ ਦੇ ਮੁਤਾਲਕ ਸਾਹਮਣੇ ਆ ਰਹੀਆਂ ਸਨ। ਬਹੁਤ ਸਾਰੇ ਕਿਸਾਨਾਂ ਦਾ ਇਹ ਕਹਿਣਾ ਸੀ ਕਿ ਇਸ ਸੰਘਰਸ਼ ਵਿੱਚ ਮਰਨ ਮਰਾਉਣ ਦੀਆਂ ਗੱਲਾਂ ਨਾ ਕੀਤੀਆਂ ਜਾਣ। ਸੋਸ਼ਲ ਮੀਡੀਆ 'ਤੇ ਕਿਸਾਨ ਆਗੂਆਂ ਨੂੰ ਬੇਨਤੀਆਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਉਹ ਸਟੇਜਾਂ ਤੋਂ ਕਿਸਾਨਾਂ ਨੂੰ ਸਬਰ, ਧੀਰਜ ਅਤੇ ਹੌਸਲਾ ਬਣਾਈ ਰੱਖਣ ਦੀਆਂ ਅਪੀਲਾਂ ਕਰਨ ਤਾਂ ਜੋ ਸੰਘਰਸ਼ ਵਿੱਚ ਡਟੇ ਕਿਸਾਨ ਖੁਦਕੁਸ਼ੀਆਂ ਬਾਰੇ ਸੋਚਣ ਹੀ ਨਾ, ਆਪਣੇ ਦਿਲ ਦਿਮਾਗ ਵਿੱਚ ਇਹ ਖਿਆਲ ਲਿਆਉਣ ਹੀ ਨਾ। ਦੱਸਣਾ ਬਣਦਾ ਕਿ ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਕੜਾਕੇ ਦੀ ਸਰਦੀ ਵਿੱਚ ਬੈਠੀ ਹੈ। ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ, ਜਦਕਿ ਕਿਸਾਨ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਧਰਨਾ ਮੁਜ਼ਾਹਰਾ ਕਰ ਰਹੇ ਨੇ। ਹੁਣ ਤੱਕ ਕੇਂਦਰ ਅਤੇ ਕਿਸਾਨਾਂ ਦੇ ਵਿਚਕਾਰ 8 ਬੈਠਕਾਂ ਹੋ ਚੁੱਕੀਆਂ ਨੇ, ਬੇਸਿੱਟਾਂ ਰਹੀਆਂ ਨੇ। ਕਿਸਾਨਾਂ ਨੇ ਸਰਕਾਰ ਨੂੰ ਸਪਸ਼ਟ ਸ਼ਬਦਾਂ ਵਿੱਚ ਆਖ ਦਿੱਤਾ ਸੀ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਘਰ ਵਾਪਸੀ ਨਹੀਂ ਹੋਣੀ। ਅਤੇ ਹੁਣ ਇਹ ਮਾਮਲਾ ਸੁਪਰੀਮ ਕੋਰਟ ਨੇ ਆਪਣੇ ਤਰੀਕੇ ਨਾਲ ਭਾਵੇਂ ਨਜਿੱਠਣ ਦੀ ਕੋਸ਼ਿਸ਼ ਕੀਤੀ ਹੈ, ਪਰ ਮਾਮਲਾ ਮੈਨੂੰ ਲੱਗਦਾ ਕਿ ਹੋਰ ਉਲਝ ਗਿਆ। ਅਗਲੀ ਖਬਰ ਇਸੇ ਸੰਘਰਸ਼ ਨਾਲ ਜੁੜੀ ਹੋਈ ਹੈ ਅਤੇ 4 ਮੌਤਾਂ ਹੋ ਗਈਆਂ ਨੇ। ਤੁਹਾਨੂੰ ਪਤਾ ਕਿ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਕਿਸਾਨਾਂ ਦੇ ਵੱਲੋਂ।
ਜਾਣਕਾਰੀ ਮਿਲੀ ਹੈ ਕਿ ਲੋਹਾਰਾਂ ਦੇ ਕਿਸਾਨ ਦੀ ਦਿਲ ਦੀ ਧੜਕਣ ਬੰਦ ਹੋਈ, ਉਹਨਾਂ ਦੀ ਮੌਤ ਹੋ ਗਈ, ਜਦੋਂ ਕਿ ਸਵਾਈ ਕੇ ਭੋਖੜੀ ਦੇ ਨੌਜਵਾਨ ਦੀ ਸਿਹਤ ਖਰਾਬ ਹੋਣ ਕਾਰਨ ਮੌਤ ਹੋਈ ਹੈ। ਇਸੇ ਤਰ੍ਹਾਂ ਪਿੰਡ ਸਿਰਥਲਾ ਦੇ ਸਰਕਾਰੀ ਮੁਲਾਜ਼ਮ ਲਾਭ ਸਿੰਘ ਨੇ ਕੱਲ੍ਹ ਦਿੱਲੀ ਸਰਹੱਦ 'ਤੇ ਸਲਫਾਸ ਖਾ ਲਿਆ ਸੀ, ਅੱਜ ਉਹਨਾਂ ਦੀ ਵੀ ਮੌਤ ਹੋ ਗਈ ਹੈ। ਇਸੇ ਤਰ੍ਹਾਂ ਪਿੰਡ ਮਹਿਮਾ ਦੇ ਇੱਕ ਕਿਸਾਨ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀਆਂ ਦੇ ਅਨੁਸਾਰ ਪਿੰਡ ਲੋਹਾਰਾ ਜ਼ਿਲ੍ਹਾ ਮੁਕਤਸਰ ਦੇ ਕਿਸਾਨ ਅਵਤਾਰ ਸਿੰਘ, ਜਿਨ੍ਹਾਂ ਦੀ ਉਮਰ ਲਗਭਗ 80 ਕੁ ਵਰੇ ਸੀ, ਟਿਕਰੀ ਸਰਹੱਦ 'ਤੇ ਦਿਲ ਦੀ ਧੜਕਣ ਬੰਦ ਹੋਈ ਅਤੇ ਮੌਤ ਹੋ ਗਈ। ਉਹਨਾਂ ਦੇ ਸਾਥੀਆਂ ਨੇ ਦੱਸਿਆ ਕਿ ਅੰਦੋਲਨ ਦੀ ਸ਼ੁਰੂਆਤ ਤੋਂ ਲੈ ਕੇ ਉਹ ਅੱਜ ਤੱਕ ਉੱਥੇ ਉਹਨਾਂ ਦੇ ਨਾਲ ਮੌਜੂਦ ਸੀ ਅਤੇ ਅੱਜ ਸਵੇਰ ਵਕਤ ਉਹਨਾਂ ਨੂੰ ਬੇਚੈਨੀ ਮਹਿਸੂਸ ਹੋਈ ਅਤੇ ਦਿਲ ਦੀ ਧੜਕਣ ਬੰਦ ਹੋਣ ਕਾਰਨ ਉਹ ਰੱਬ ਨੂੰ ਪਿਆਰੇ ਹੋ ਗਏ। ਇਸੇ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਪੈਲ ਦੇ ਵਿੱਚ ਜਰਗ ਨੇੜਲਾ ਪਿੰਡ ਹੈ ਸਿਰਥਲਾ, ਉੱਥੋਂ ਦੇ ਸਰਕਾਰੀ ਮੁਲਾਜ਼ਮ ਲਾਭ ਸਿੰਘ ਨੇ ਕੱਲ੍ਹ ਸਿੰਘੂ ਸਰਹੱਦ 'ਤੇ ਸਲਫਾਸ ਦੀਆਂ ਗੋਲੀਆਂ ਖਾਧੀਆਂ। ਉਹਨਾਂ ਦੀ ਹਾਲਤ ਵਿਗੜੀ ਹੋਈ ਸੀ। ਉਹ ਖੇਤੀਬਾੜੀ ਵਿਭਾਗ 'ਚ ਭੂਮੀ ਪਰਖ ਪ੍ਰਯੋਗਸ਼ਾਲਾ ਸਮਰਾਲਾ ਦੇ ਵਿੱਚ ਬਤੌਰ ਸੇਵਾਦਾਰ ਨੌਕਰੀ ਕਰਦੇ ਸਨ ਅਤੇ ਉਹਨਾਂ ਦੀ ਅੱਜ ਸਵੇਰ ਵਕਤ ਮੌਤ ਹੋ ਗਈ ਹੈ। ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਲਾਭ ਸਿੰਘ ਦੇ ਪਰਿਵਾਰ 'ਤੇ 1 ਜੀ ਨੂੰ ਸਰਕਾਰੀ ਨੌਕਰੀ ਅਤੇ ਬਣਦਾ ਮੁਆਵਜ਼ਾ ਦੇਣ ਦੀ ਸਰਕਾਰ ਤੋਂ ਮੰਗ ਕੀਤੀ ਹੈ। ਇਸੇ ਤਰ੍ਹਾਂ ਇਸੇ ਸੰਘਰਸ਼ ਤੋਂ ਪਰਤੇ ਪਿੰਡ ਮਹਿਮਾ ਦੇ ਇੱਕ ਕਿਸਾਨ ਨੇ ਬੀਤੀ ਰਾਤ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ 50 ਕੁ ਵਰਿਆਂ ਦੇ ਕਿਸਾਨ ਨਸੀਬ ਸਿੰਘ 2 ਦਿਨ ਪਹਿਲਾਂ ਦਿੱਲੀ ਧਰਨੇ ਤੋਂ ਪਿੰਡ ਆਏ ਸੀ। ਨਸੀਬ ਸਿੰਘ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਬਤੌਰ ਗ੍ਰੰਥੀ ਸਿੰਘ ਦੀ ਡਿਊਟੀ ਵੀ ਨਿਭਾਉਂਦੇ ਸਨ ਅਤੇ ਬੀਤੀ ਸ਼ਾਮ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਖੜ ਕੇ ਆਪਣੇ ਲਾਇਸੈਂਸੀ ਹਥਿਆਰ ਦੇ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਨਸੀਬ ਸਿੰਘ ਇੱਕ ਖੁਦਕੁਸ਼ੀ ਨੋਟ ਵੀ ਛੱਡ ਕੇ ਗਏ ਹੈ। ਇਸੇ ਤਰ੍ਹਾਂ ਦਿੱਲੀ ਮੋਰਚੇ ਤੋਂ ਪਰਤੇ ਪਿੰਡ ਸਵਾਈ ਕੇ ਭੂਖੜੀ ਦੇ 26 ਵਰਿਆਂ ਦੇ ਨੌਜਵਾਨ ਲਵਪ੍ਰੀਤ ਸਿੰਘ ਦੀ ਵੀ ਮੌਤ ਹੋਈ ਹੈ। ਉਹ 2 ਹਫ਼ਤੇ ਸੰਘਰਸ਼ ਵਿੱਚ ਸ਼ਾਮਲ ਹੋਣ ਤੋਂ ਬਾਅਦ 2 ਦਿਨ ਪਹਿਲਾਂ ਆਪਣੇ ਪਿੰਡ ਪਰਤੇ ਸਨ। ਹੁਣ ਤੱਕ ਜਿੰਨੀਆਂ ਵੀ ਮੌਤਾਂ ਹੋਈਆਂ ਨੇ, ਜਿੰਨਿਆਂ ਨੇ ਵੀ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ, ਭਾਵੇਂ ਖੁਦਕੁਸ਼ੀ, ਭਾਵੇਂ ਹਾਰਟ ਅਟੈਕ, ਭਾਵੇਂ ਕਿਸੇ ਨੇ ਰਸਤੇ ਵਿੱਚ ਦਮ ਤੋੜਿਆ, ਹਾਦਸੇ ਦਾ ਸ਼ਿਕਾਰ ਹੋ ਕੇ ਕਿਸੇ ਵੀ ਤਰੀਕੇ ਨਾਲ ਕਿਸੇ ਦੀ ਜਾਨ ਇਸ ਸੰਘਰਸ਼ ਦੇ ਲੇਖੇ ਲੱਗੀ ਹੈ, ਅਸੀਂ ਆਪਣੇ ਅਦਾਰੇ ਵੱਲੋਂ ਉਹਨਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਂਟ ਕਰਦੇ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਣਾਂ ਦੇ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਤੁਸੀਂ ਦੇਖੋ ਕਿ ਰੋਜ਼ਾਨਾ ਮੌਤਾਂ ਦੀਆਂ ਖਬਰਾਂ ਵੀ ਆਉਂਦੀਆਂ ਨੇ, ਪਰ ਟਿਕਰੀ ਬਾਰਡਰ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਮਿਲ ਰਹੀਆਂ ਨੇ। ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਉੱਥੋਂ ਦੀ ਰਿਪੋਰਟ ਪੇਸ਼ ਕਰੀਏ। ਲੋਕਾਂ ਨੇ ਆਪੋ ਆਪਣੇ ਪਿੰਡ ਦੀਆਂ ਬੁਰਜੀਆਂ ਗੱਡ ਲਈਆਂ। ਮੰਨ ਲਓ ਕਿ ਪਿੰਡ ਸਿਰਥਲਾ ਹੈ, ਉੱਥੇ ਲਿਖਿਆ ਸਿਰਥਲਾ 0 ਕਿਲੋਮੀਟਰ, ਪਾਇਲ 15 ਕਿਲੋਮੀਟਰ। ਇਸੇ ਤਰ੍ਹਾਂ ਹਰੇਕ ਪਿੰਡ ਵਾਲੇ ਨੇ ਆਪੋ ਆਪਣੀ ਟਰਾਲੀ ਜਾਂ ਟਰਾਲੀਆਂ ਦੇ ਅੱਗੇ ਬੁਰਜੀਆਂ ਗੱਡ ਲਏ ਨੇ, ਭਾਵ ਪੱਕੇ ਤੌਰ 'ਤੇ ਪਿੰਡ ਵਸਾ ਲਏ ਨੇ। ਕਿਤੇ ਟੀਨਾਂ ਪੈ ਰਹੀਆਂ ਨੇ, ਕਿਤੇ ਗਾਰੇ ਨਾਲ ਇੱਟਾਂ ਦੀ ਚਿਣਾਈ ਹੋ ਰਹੀ ਆ, ਕਿਤੇ ਪਿਆਜ਼ ਲੱਗ ਰਹੇ ਨੇ ਅਤੇ ਕਿਤੇ ਸਬਜ਼ੀਆਂ ਲਾਈਆਂ ਜਾ ਰਹੀਆਂ ਨੇ। ਕਿਉਂਕਿ ਉਹ ਕਹਿੰਦੇ ਹੁਣ ਅਸੀਂ ਪੱਕੇ ਤੌਰ 'ਤੇ ਆਪਣਾ ਰਹਿਣ ਬਸੇਰਾ ਇੱਥੇ ਕਰ ਚੁੱਕੇ ਹਾਂ, ਕਿਉਂਕਿ ਸਾਨੂੰ ਉਮੀਦ ਹੈ ਕਿ ਸੰਘਰਸ਼ ਲੰਬਾ ਚੱਲੇਗਾ, ਪਰ ਇਸ ਲੰਬੀ ਲੜਾਈ ਵਾਸਤੇ ਅਸੀਂ ਤਨੋਂ ਵੀ ਤਿਆਰ ਹਾਂ, ਅਸੀਂ ਮਨੋਂ ਵੀ ਤਿਆਰ ਹਾਂ ਅਤੇ ਅਸੀਂ ਧਨੋਂ ਵੀ ਤਿਆਰ ਹਾਂ। ਸੋ ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ। ਉਮੀਦ ਕਰ ਰਿਹਾ ਕਿ ਤੁਹਾਨੂੰ ਇਹ ਜਾਣਕਾਰੀਆਂ ਚੰਗੀਆਂ ਲੱਗੀਆਂ ਹੋਣਗੀਆਂ। ਸੋ ਜੇਕਰ ਜਾਣਕਾਰੀਆਂ ਚੰਗੀਆਂ ਲੱਗੀਆਂ ਨੇ, ਆਪਣੀ ਕੀਮਤੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਛੱਡਿਓ, ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਅਤੇ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਅਤੇ ਜੇਕਰ ਹਾਲੇ ਤੱਕ ਆਪਣੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਅਤੇ ਹੁਣ ਸਮਾਪਤੀ ਦਾ ਸਮਾਂ, ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰੱਖਾ।